ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਟੀਵੀ ਤੇ ਮੈਂ ਹਾਂ ਜੱਜ ਸਿੰਘ ਚਾਹਲ। ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਰਾਹੁਲ ਗਾਂਧੀ ਦੀ, ਜਿਨ੍ਹਾਂ ਦੇ ਵੱਲੋਂ ਸਿੱਖਾਂ ਨੂੰ ਇੱਕ ਸਵਾਲ ਪੁੱਛ ਲਿਆ ਗਿਆ। ਅਰਵਿੰਦ ਕੇਜਰੀਵਾਲ ਨੇ RSS ਦੇ ਮੁਖੀ ਮੋਹਨ ਭਾਗਵਤ ਨੂੰ 5 ਸਵਾਲ ਪੁੱਛੇ ਨੇ। ਕੇਂਦਰ ਸਰਕਾਰ ਦੇ ਵੱਲੋਂ 994 ਕਰੋੜ ਰੁਪਈਆ ਪੰਜਾਬ ਦੇ ਲਈ ਜਾਰੀ ਕੀਤਾ ਗਿਆ। ਆਮ ਆਦਮੀ ਪਾਰਟੀ ਦੇ MP ਖੁਸ਼ ਹੋ ਗਏ ਨੇ। ਦਲਿਤਾਂ ਦੇ ਖਿਲਾਫ਼ ਹੋਣ ਵਾਲੇ ਜ਼ੁਲਮਾਂ ਨੂੰ ਲੈ ਕੇ ਕੇਂਦਰ ਸਰਕਾਰ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ। ਅੰਕੜੇ ਡਰਾਉਣੇ ਹਨ। ਪੰਜਾਬ ਦੇ ਵਿੱਚ ਸੜਕਾਂ 'ਤੇ ਜਾਂਦੀਆਂ ਬੀਬੀਆਂ ਨੂੰ ਭਰਮਾ ਕੇ ਲੁੱਟਣ ਦੀਆਂ ਖ਼ਬਰਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਮਾਨ ਸਰਕਾਰ ਦੇ ਮੰਤਰੀ ਮੰਡਲ ਦੇ ਵਿੱਚ ਵੱਡਾ ਬਦਲਾਅ ਹੋ ਸਕਦਾ ਹੈ। 4 ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ। ਤੁਹਾਨੂੰ ਸਾਰੀ ਜਾਣਕਾਰੀ ਦਿਆਂਗੇ, ਪਰ ਸਭ ਤੋਂ ਪਹਿਲਾਂ ਸ਼ੁਰੂਆਤ ਰਾਹੁਲ ਗਾਂਧੀ ਤੋਂ ਕਰਦੇ ਹਾਂ। ਅਮਰੀਕਾ ਦੌਰੇ ਦੇ ਦੌਰਾਨ ਰਾਹੁਲ ਗਾਂਧੀ ਦੇ ਵੱਲੋਂ ਸਿੱਖਾਂ ਦੇ ਬਾਰੇ ਇੱਕ ਬਿਆਨ ਦਿੱਤਾ ਗਿਆ, ਜਿਸ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਰਾਹੁਲ ਗਾਂਧੀ 'ਤੇ ਭਾਰਤ ਦੇ ਵਿੱਚ ਇਸ ਸੰਬੰਧੀ ਇੱਕ FIR ਵੀ ਦਰਜ ਹੋ ਗਈ ਹੈ। ਰਵਨੀਤ ਬਿੱਟੂ ਨੇ ਇਸ ਬਿਆਨ ਤੋਂ ਬਾਅਦ ਰਾਹੁਲ ਗਾਂਧੀ ਨੂੰ ਦੇਸ਼ ਦਾ ਨੰਬਰ 1 ਅੱਤਵਾਦੀ ਦੱਸ ਦਿੱਤਾ ਅਤੇ ਰਵਨੀਤ ਬਿੱਟੂ 'ਤੇ ਵੀ ਪਰਚੇ ਦਰਜ ਹੋ ਗਏ ਨੇ। ਮਸਲਾ ਲਗਾਤਾਰ ਭਖਦਾ ਜਾ ਰਿਹਾ ਹੈ। ਹੁਣ ਸਿੱਖਾਂ ਦਾ ਇੱਕ ਵਫਦ ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਕੁਝ ਸਿੱਖ ਆਗੂਆਂ ਦਾ ਵਫਦ ਕੇਂਦਰ ਸਰਕਾਰ ਦੇ ਗ੍ਰਹਿ ਰਾਜ ਮੰਤਰੀ ਨੂੰ ਮਿਲਿਆ ਹੈ ਅਤੇ ਮੰਗ ਕੀਤੀ ਗਈ ਹੈ ਕਿ ਸਿੱਖਾਂ ਦੇ ਬਾਰੇ ਜੋ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਉਸ ਨੂੰ ਲੈ ਕੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਅਸੀਂ ਸਿੱਖ ਹਾਂ, ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਕਰਕੇ ਰਾਹੁਲ ਗਾਂਧੀ 'ਤੇ ਕੇਂਦਰ ਸਰਕਾਰ ਦੇ ਵੱਲੋਂ ਕੋਈ ਨਾ ਕੋਈ ਕਾਰਵਾਈ ਜ਼ਰੂਰ ਕੀਤੀ ਜਾਵੇ। ਮਨਜਿੰਦਰ ਸਿਰਸਾ ਨੇ ਕੇਂਦਰੀ ਰਾਜ ਗ੍ਰਹਿ ਮੰਤਰੀ ਦੇ ਕੋਲੋਂ ਇਹ ਮੰਗ ਹੁਣ ਕੀਤੀ ਹੈ। ਰਾਹੁਲ ਗਾਂਧੀ ਦੀ ਜੇਕਰ ਗੱਲ ਕਰੀਏ ਤਾਂ ਉਹ ਆਪਣੇ ਬਿਆਨ 'ਤੇ ਅਜੇ ਵੀ ਕਾਇਮ ਹਨ। ਉਹਨਾਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਇੱਕ ਟਵੀਟ ਕਰਕੇ ਸਿੱਖਾਂ ਦੇ ਕੋਲੋਂ ਇੱਕ ਸਵਾਲ ਪੁੱਛ ਲਿਆ ਹੈ। ਆਪਣੇ ਟਵੀਟ ਦੇ ਵਿੱਚ ਰਾਹੁਲ ਗਾਂਧੀ ਨੇ ਲਿਖਿਆ, ਅਮਰੀਕਾ ਵਿੱਚ ਮੇਰੀ ਟਿੱਪਣੀ ਨੂੰ ਲੈ ਕੇ ਭਾਜਪਾ ਝੂਠ ਫੈਲਾ ਰਹੀ ਹੈ। ਮੈਂ ਭਾਰਤ ਅਤੇ ਵਿਦੇਸ਼ ਵਿੱਚ ਵੱਸਦੇ ਹਰ ਸਿੱਖ ਵੀਰ ਭੈਣ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੋ ਮੈਂ ਕਿਹਾ ਹੈ ਕਿ ਉਸ ਵਿੱਚ ਕੁਛ ਗਲਤ ਹੈ? ਕਿ ਭਾਰਤ ਇੱਕ ਅਜਿਹਾ ਦੇਸ਼ ਨਹੀਂ ਹੋਣਾ ਚਾਹੀਦਾ ਜਿੱਥੇ ਹਰ ਸਿੱਖ ਅਤੇ ਹਰ ਭਾਰਤੀ ਬਿਨਾਂ ਕਿਸੇ ਡਰ ਤੋਂ ਆਪਣੇ ਧਰਮ ਦੀ ਪਾਲਣਾ ਕਰ ਸਕੇ? ਹਮੇਸ਼ਾ ਦੀ ਤਰ੍ਹਾਂ ਭਾਜਪਾ ਝੂਠ ਦਾ ਸਹਾਰਾ ਲੈ ਰਹੀ ਹੈ। ਉਹ ਮੈਨੂੰ ਚੁੱਪ ਕਰਾਉਣ ਲਈ ਬੁਖਲਾਏ ਹੋਏ ਹਨ ਕਿਉਂਕਿ ਉਹ ਸੱਚਾਈ ਦਾ ਸਾਹਮਣਾ ਨਹੀਂ ਕਰ ਸਕਦੇ, ਪਰ ਮੈਂ ਅਨੇਕਤਾ ਵਿੱਚ ਏਕਤਾ, ਸਮਾਨਤਾ ਅਤੇ ਪਿਆਰ ਵਰਗੀਆਂ ਭਾਰਤ ਨੂੰ ਪ੍ਰਭਾਸ਼ਿਤ ਕਰਦੀਆਂ ਕਦਰਾਂ ਕੀਮਤਾਂ ਲਈ ਹਮੇਸ਼ਾ ਆਵਾਜ਼ ਬੁਲੰਦ ਕਰਦਾ ਰਹਾਂਗਾ। ਸਿੱਖਾਂ ਨੂੰ ਸਵਾਲ ਪੁੱਛਿਆ ਕਿ ਮੈਂ ਜੋ ਅਮਰੀਕਾ ਦੇ ਵਿੱਚ ਆਖਿਆ ਕਿ ਉਹ ਗਲਤ ਸੀ। ਰਾਹੁਲ ਗਾਂਧੀ ਨੇ ਹੁਣ ਸਿੱਖਾਂ ਤੋਂ ਇਹ ਸਵਾਲ ਪੁੱਛ ਕੇ ਇਹ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਕੁਝ ਵੀ ਗਲਤ ਨਹੀਂ ਕਿਹਾ ਅਤੇ ਮੈਂ ਆਪਣੇ ਸਟੈਂਡ 'ਤੇ ਅਜੇ ਵੀ ਕਾਇਮ ਹਾਂ। ਰਾਹੁਲ ਗਾਂਧੀ ਨੇ ਪੰਜਾਬੀ ਦੇ ਵਿੱਚ ਇਹ ਟਵੀਟ ਕਰਕੇ ਕੇਂਦਰ ਸਰਕਾਰ ਨੂੰ, ਭਾਰਤੀ ਜਨਤਾ ਪਾਰਟੀ ਨੂੰ ਵੀ ਜਵਾਬ ਦੇਣ ਦਾ ਕੰਮ ਕਰ ਦਿੱਤਾ ਹੈ। ਇੱਥੇ ਅਸੀਂ ਤੁਹਾਡੇ ਕੋਲ ਵੀ ਪੁੱਛ ਲੈਣਾ ਚਾਹੁੰਦੇ ਹਾਂ ਕਿ ਅਮਰੀਕਾ ਦੌਰੇ ਦੇ ਦੌਰਾਨ ਰਾਹੁਲ ਗਾਂਧੀ ਨੇ ਜੋ ਸਿੱਖਾਂ ਦੇ ਬਾਰੇ ਬਿਆਨ ਦਿੱਤਾ ਸੀ ਉਸ ਦੇ ਵਿੱਚ ਤੁਹਾਨੂੰ ਕੁਝ ਗਲਤ ਲੱਗਦਾ ਹੈ? ਰਾਹੁਲ ਗਾਂਧੀ ਨੇ ਉਹ ਬਿਆਨ ਗਲਤ ਦਿੱਤਾ ਜਾਂ ਫਿਰ ਠੀਕ ਆ? ਤੁਹਾਡੀ ਕੀ ਰਾਏ ਹੈ? ਕਮੈਂਟ ਕਰਕੇ ਰਾਏ ਜ਼ਰੂਰ ਦਿਓ।
ਅਗਲੀ ਖਬਰ ਦੇ ਵੱਲ ਵਧਦੇ ਹਾਂ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਹਨਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਅਤੇ ਹੁਣ ਉਹ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਗੱਲਾਂ ਬਾਤਾਂ ਕਰਦੇ, ਵਿਚਾਰ ਚਰਚਾਵਾਂ ਕਰਦੇ ਨਜ਼ਰ ਆ ਰਹੇ ਨੇ। ਜਨਤਾ ਦੀ ਅਦਾਲਤ ਨਾਂ ਦਾ ਇੱਕ ਪ੍ਰੋਗਰਾਮ ਉਹਨਾਂ ਦੇ ਵੱਲੋਂ ਦਿੱਲੀ ਦੇ ਵਿੱਚ ਰੱਖਿਆ ਗਿਆ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਗੱਲਬਾਤ ਕਰਨ ਦੇ ਲਈ, ਅਤੇ ਇੱਥੇ ਭਾਸ਼ਣ ਦਿੰਦਿਆਂ ਅਰਵਿੰਦ ਕੇਜਰੀਵਾਲ ਨੇ RSS ਦੇ ਮੁਖੀ ਮੋਹਨ ਭਾਗਵਤ ਨੂੰ ਭਾਰਤੀ ਜਨਤਾ ਪਾਰਟੀ ਦੇ ਬਾਰੇ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਰੇ 5 ਸਵਾਲ ਪੁੱਛ ਲਏ ਨੇ। ਪਹਿਲਾ ਸਵਾਲ, ਮੋਦੀ ਜੀ ਜਿਸ ਤਰ੍ਹਾਂ ED ਅਤੇ CBI ਦਾ ਡਰ ਦਿਖਾ ਕੇ ਸਰਕਾਰਾਂ ਨੂੰ ਡੇਗ ਰਹੇ ਹਨ, ਕੀ RSS ਇਸ ਨਾਲ ਸਹਿਮਤ ਹੈ? ਦੂਜਾ ਸਵਾਲ, ਮੋਦੀ ਜੀ ਨੇ ਭਾਜਪਾ ਵਿੱਚ ਸਭ ਤੋਂ ਭ੍ਰਿਸ਼ਟ ਨੇਤਾਵਾਂ ਨੂੰ ਸ਼ਾਮਿਲ ਕੀਤਾ, ਕੀ RSS ਮੋਦੀ ਜੀ ਨਾਲ ਸਹਿਮਤ ਹੈ ਇਸ ਮੁੱਦੇ 'ਤੇ? ਤੀਜਾ ਸਵਾਲ, ਕੀ RSS JP ਨੱਡਾ ਦੇ ਬਿਆਨ ਤੋਂ ਦੁਖੀ ਸੀ ਜਾਂ ਨਹੀਂ? JP ਨੱਡਾ ਨੇ ਬਿਆਨ ਦਿੱਤਾ ਸੀ ਕਿ ਸਾਨੂੰ RSS ਦੀ ਲੋੜ ਨਹੀਂ ਹੈ, ਇਹ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ, ਅਤੇ ਇਸੇ ਬਿਆਨ ਦੇ ਬਾਰੇ ਹੀ RSS ਦੇ ਮੁਖੀ ਤੋਂ ਸਵਾਲ ਪੁੱਛਿਆ ਕਿ ਜਦੋਂ JP ਨੱਡਾ ਨੇ ਆਖਿਆ ਕਿ ਭਾਜਪਾ ਨੂੰ RSS ਦੀ ਲੋੜ ਨਹੀਂ ਹੈ, ਤੁਹਾਨੂੰ ਦੁੱਖ ਲੱਗਾ ਜਾਂ ਫਿਰ ਨਹੀਂ? ਚੌਥਾ ਸਵਾਲ, ਕੀ ਮੋਦੀ ਜੀ 'ਤੇ 75 ਸਾਲ ਦਾ ਨਿਯਮ ਲਾਗੂ ਹੋਵੇਗਾ ਜਾਂ ਨਹੀਂ? ਭਾਰਤੀ ਜਨਤਾ ਪਾਰਟੀ ਨੇ ਇੱਕ ਨਿਯਮ ਬਣਾਇਆ ਹੋਇਆ ਹੈ ਕਿ 75 ਸਾਲ ਤੋਂ ਉੱਪਰ ਦਾ ਕੋਈ ਵੀ ਲੀਡਰ ਸਰਗਰਮ ਸਿਆਸਤ ਦੇ ਵਿੱਚ ਨਹੀਂ ਰਹੇਗਾ, ਉਸ ਨੂੰ ਰਿਟਾਇਰ ਕਰ ਦਿੱਤਾ ਜਾਵੇਗਾ। ਹੁਣ ਅਰਵਿੰਦ ਕੇਜਰੀਵਾਲ ਨੇ ਪੁੱਛਿਆ ਕਿ 75 ਸਾਲਾਂ ਦੇ ਹੋਣ ਜਾ ਰਹੇ ਨੇ ਨਰਿੰਦਰ ਮੋਦੀ, ਕੀ ਉਹਨਾਂ ਨੂੰ ਵੀ ਰਿਟਾਇਰ ਕੀਤਾ ਜਾਵੇਗਾ ਜਾਂ ਫਿਰ ਨਹੀਂ? ਕਿਉਂਕਿ ਅਮਿਤ ਸ਼ਾਹ ਆਖ ਚੁੱਕੇ ਨੇ ਭਾਜਪਾ 'ਤੇ ਇਹ ਲਾਗੂ ਹੁੰਦਾ ਹੈ ਪਰ ਨਰਿੰਦਰ ਮੋਦੀ 'ਤੇ ਇਹ ਲਾਗੂ ਨਹੀਂ ਹੁੰਦਾ, ਮੋਹਨ ਭਾਗਵਤ ਦੱਸਣ ਲਾਗੂ ਹੁੰਦਾ ਹੈ ਜਾਂ ਫਿਰ ਨਹੀਂ? ਪੰਜਵਾਂ ਸਵਾਲ, BJP ਦਾ ਜਨਮ RSS ਦੀ ਕੁੱਖ ਤੋਂ ਹੋਇਆ, ਅਰਵਿੰਦ ਕੇਜਰੀਵਾਲ ਨੇ ਵੀ ਇਹ ਬਿਆਨ ਦਿੱਤਾ ਹੈ, ਭਾਜਪਾ ਕੁਰਾਹੇ ਨਾ ਪੈ ਜਾਵੇ, ਇਹ ਵੇਖਣਾ RSS ਦੀ ਜ਼ਿੰਮੇਵਾਰੀ ਹੈ। ਕੀ ਤੁਸੀਂ ਭਾਜਪਾ ਦੇ ਅੱਜ ਦੇ ਕਦਮਾਂ ਨਾਲ ਸਹਿਮਤ ਹੋ ਜਾਂ ਕੀ ਤੁਸੀਂ ਕਦੇ ਮੋਦੀ ਜੀ ਨੂੰ ਇਹ ਸਭ ਨਾ ਕਰਨ ਲਈ ਆਖਿਆ ਹੈ? ਇਹ 5 ਕੌੜੇ ਸਵਾਲ ਅਰਵਿੰਦ ਕੇਜਰੀਵਾਲ ਨੇ RSS ਦੇ ਮੁਖੀ ਤੋਂ ਪੁੱਛ ਲਏ ਨੇ, ਕਿਉਂਕਿ ਭਾਰਤੀ ਜਨਤਾ ਪਾਰਟੀ ਜੋ ਕਿ ਪਹਿਲਾਂ ਜਨਤਾ ਪਾਰਟੀ ਸੀ, RSS ਦਾ ਹੀ ਇੱਕ ਸਿਆਸੀ ਵਿੰਗ ਸੀ, ਪਰ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਜ਼ਿਆਦਾ ਤਾਕਤਵਰ ਹੋ ਗਈ ਅਤੇ RSS ਕਮਜ਼ੋਰ ਹੋ ਗਿਆ। ਸ਼ਾਇਦ ਇਸੇ ਕਰਕੇ ਹੀ ਇਹ ਤਾਨੇ ਮਾਰਨ ਦਾ ਕੰਮ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਰ ਦਿੱਤਾ ਗਿਆ। RSS ਮੁਖੀ ਤੋਂ ਇਹ 5 ਸਵਾਲ ਅਰਵਿੰਦ ਕੇਜਰੀਵਾਲ ਨੇ ਪੁੱਛ ਲਏ ਨੇ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਕੇਂਦਰ ਸਰਕਾਰ ਦੇ ਵੱਲੋਂ ਸਾਲ 2022 ਦੇ ਵਿੱਚ ਦਲਿਤਾਂ ਦੇ ਖਿਲਾਫ ਹੋਣ ਵਾਲੇ ਜ਼ੁਲਮਾਂ ਨੂੰ ਲੈ ਕੇ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ, ਕੁਝ ਅੰਕੜੇ ਜਾਰੀ ਕੀਤੇ ਗਏ ਨੇ ਜੋ ਕਿ ਡਰਾਉਣੇ ਹਨ। ਇਹਨਾਂ ਅੰਕੜਿਆਂ ਦੇ ਮੁਤਾਬਕ 97% ਦਲਿਤਾਂ ਦੇ ਖਿਲਾਫ ਜ਼ੁਲਮਾਂ ਦੇ ਕੇਸ ਭਾਰਤ ਦੇ ਸਿਰਫ 13 ਸੂਬਿਆਂ ਦੇ ਵਿੱਚੋਂ ਹੀ ਸਾਹਮਣੇ ਆ ਜਾਂਦੇ ਨੇ। ਪਹਿਲੇ ਨੰਬਰ 'ਤੇ ਇਸ ਦੇ ਵਿੱਚ ਉੱਤਰ ਪ੍ਰਦੇਸ਼ ਹੈ। 2022 ਦੇ ਵਿੱਚ ਕੁੱਲ 51,656 ਕੇਸ ਦਰਜ ਕੀਤੇ ਗਏ ਦਲਿਤਾਂ ਦੇ ਖਿਲਾਫ ਜ਼ੁਲਮਾਂ ਦੇ। ਉਹਨਾਂ ਦੇ ਵਿੱਚੋਂ 12,287 ਇਕੱਲੇ UP ਦੇ ਵਿੱਚ ਹੀ ਦਰਜ ਕੀਤੇ ਗਏ, ਜੋ ਕਿ ਸਾਰੇ ਕੇਸਾਂ ਦਾ ਲਗਭਗ 24% ਚੌਥਾ ਹਿੱਸਾ ਬਣਦਾ ਹੈ। ਇਸ ਤੋਂ ਬਾਅਦ ਨੰਬਰ ਰਾਜਸਥਾਨ ਦਾ ਆਉਂਦਾ ਹੈ, ਮੱਧ ਪ੍ਰਦੇਸ਼,
ਇਸ ਤੋਂ ਇਲਾਵਾ ਉੜੀਸਾ, ਬਿਹਾਰ, ਫਿਰ ਉੜੀਸਾ, ਫਿਰ ਮਹਾਰਾਸ਼ਟਰ, ਇਹ 6 ਸੂਬੇ ਹਨ ਜਿਨ੍ਹਾਂ ਦੇ ਵਿੱਚ 81% ਕੇਸ ਕਵਰ ਹੋ ਜਾਂਦੇ ਨੇ। ਇਸ ਤੋਂ ਇਲਾਵਾ ਗੱਲ ਜੇਕਰ ਬਾਕੀ ਸੂਬਿਆਂ ਦੀ ਕੀਤੀ ਜਾਵੇ ਤਾਂ ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਦਾ ਨਾਮ ਵੀ ਇੱਥੇ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ ਦੇ ਵਿੱਚ 691 ਮਹਾਰਾਸ਼ਟਰ ਦੇ ਵਿੱਚ, 499 ਆਂਧਰਾ ਪ੍ਰਦੇਸ਼ ਦੇ ਵਿੱਚ ਇਹ ਕੇਸ ਸਾਹਮਣੇ ਆਏ ਨੇ। ਬਾਕੀ ਸੂਬੇ ਜਿਵੇਂ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ ਆਦਿ, ਇਹਨਾਂ ਦੇ ਵਿੱਚ ਇਹਨਾਂ ਤੋਂ ਵੀ ਘੱਟ ਕੇਸ ਸਾਹਮਣੇ ਆਏ ਨੇ। ਪਰ ਸਭ ਤੋਂ ਜ਼ਿਆਦਾ ਦਲਿਤਾਂ ਦੇ ਖਿਲਾਫ ਜ਼ੁਲਮ ਇਹਨਾਂ ਸੂਬਿਆਂ ਦੇ ਵਿੱਚ ਹੋ ਰਹੇ ਨੇ, ਕੇਂਦਰ ਸਰਕਾਰ ਦੀ ਇਹ ਰਿਪੋਰਟ ਇਹ ਸਭ ਦਾਅਵੇ ਕਰਦੀ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਅਸਾਮ ਦੀ ਦਿਬਰੂਗੜ੍ਹ ਜੇਲ੍ਹ ਦੇ ਵਿੱਚ NSA ਦੇ ਤਹਿਤ ਬੰਦ ਅੰਮ੍ਰਿਤਪਾਲ ਸਿੰਘ, ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਉਹਨਾਂ ਦੇ ਸਾਥੀ, ਲਗਭਗ ਸਾਰਿਆਂ ਦੇ ਵੱਲੋਂ ਵਾਰੀ ਵਾਰੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਜਾ ਰਹੀ ਹੈ ਕਿ ਦੂਜੀ ਵਾਰ ਸਾਡੇ 'ਤੇ NSA ਕਿਉਂ ਲਾਇਆ ਗਿਆ, ਇਹ ਗੈਰ ਕਾਨੂੰਨੀ ਹੈ, ਇਸ ਨੂੰ ਹਟਾਇਆ ਜਾਵੇ। ਅੰਮ੍ਰਿਤਪਾਲ ਸਿੰਘ ਨੇ ਵੀ ਪਟੀਸ਼ਨ ਪਾਈ ਹੈ, ਉਹਨਾਂ ਦੇ ਵਕੀਲ ਨੇ ਅਤੇ ਬਾਕੀ ਜਿਹੜੇ ਹਨ ਉਹਨਾਂ ਦੇ ਸਾਥੀ, ਉਹਨਾਂ ਦੇ ਵੱਲੋਂ ਵੀ ਪਟੀਸ਼ਨਾਂ ਪਾਈਆਂ ਜਾ ਰਹੀਆਂ ਨੇ। ਹੁਣ ਮੀਡੀਆ ਰਿਪੋਰਟਾਂ ਦੇ ਮੁਤਾਬਕ ਜਾਣਕਾਰੀ ਸਾਹਮਣੇ ਇਹ ਆਈ ਹੈ, ਕਿਉਂਕਿ ਅਦਾਲਤ ਨੇ ਪੰਜਾਬ ਸਰਕਾਰ ਨੂੰ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਕਿ ਦੱਸੋ ਦੂਜੀ ਵਾਰ NSA 1 ਸਾਲ ਲਈ ਕਿਉਂ ਲਾਉਣਾ ਪੈ ਗਿਆ। ਹੁਣ ਮੀਡੀਆ ਰਿਪੋਰਟਾਂ ਦਾਅਵਾ ਕਰਦੀਆਂ ਨੇ ਕਿ ਪੰਜਾਬ ਸਰਕਾਰ ਨੇ ਅਦਾਲਤ ਦੇ ਵਿੱਚ ਆਪਣਾ ਜਵਾਬ ਦਾਖਲ ਕਰ ਦਿੱਤਾ ਹੈ। ਕੀ ਜਵਾਬ ਦਿੱਤਾ ਪੰਜਾਬ ਸਰਕਾਰ ਨੇ, ਦੂਜੀ ਵਾਰ ਅੰਮ੍ਰਿਤਪਾਲ ਸਿੰਘ 'ਤੇ NSA 1 ਸਾਲ ਲਈ ਕਿਉਂ ਲਾਇਆ ਗਿਆ? ਰਿਪੋਰਟਾਂ ਦੇ ਮੁਤਾਬਕ ਪੰਜਾਬ ਸਰਕਾਰ ਨੇ ਆਖਿਆ ਅੰਮ੍ਰਿਤਪਾਲ ਸਿੰਘ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਨ ਦਾ ਖਤਰਾ ਹੈ, ਜਾਨੋਂ ਮਾਰਿਆ ਜਾ ਸਕਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ। ਇਸੇ ਕਰਕੇ ਹੀ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ 'ਤੇ 1 ਸਾਲ ਲਈ ਹੋਰ NSA ਲਾ ਦਿੱਤਾ ਗਿਆ ਹੈ ਅਤੇ ਪੰਜਾਬ ਤੋਂ ਦੂਰ ਅਸਾਮ ਦੀ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੈ। ਇਸ ਦੇ ਪਿੱਛੇ ਤਰਕ ਕੀ ਦਿੱਤਾ ਗਿਆ? ਤਰਕ ਇਹ ਦਿੱਤਾ ਗਿਆ ਕਿ ਜਦੋਂ ਅਜਨਾਲਾ ਥਾਣੇ ਵਾਲੀ ਘਟਨਾ ਵਾਪਰੀ ਉਸ ਵੇਲੇ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤੁਲਨਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਨਾਲ ਕੀਤੀ। ਆਪਣੇ ਭਾਸ਼ਣਾਂ ਦੇ ਵਿੱਚ ਆਖਿਆ ਕਿ ਭਗਵੰਤ ਮਾਨ ਬੇਅੰਤ ਸਿੰਘ ਵਾਲੇ ਕੰਮਾਂ 'ਤੇ ਉੱਤਰ ਆਇਆ ਹੈ। ਬੇਅੰਤ ਸਿੰਘ ਦਾ ਕੀ ਹਾਲ ਹੋਇਆ? ਭਗਵੰਤ ਮਾਨ ਨੂੰ ਇਹ ਗੱਲ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ। ਅਜਿਹੇ ਬਿਆਨ ਦਿੱਤੇ ਅੰਮ੍ਰਿਤਪਾਲ ਸਿੰਘ ਨੇ, ਮਤਲਬ ਡਰਾਇਆ, ਧਮਕਾਇਆ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਉਹੀ ਹਸ਼ਰ ਹੋਵੇਗਾ, ਜਾਨ ਦਾ ਖਤਰਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੰਮ੍ਰਿਤਪਾਲ ਸਿੰਘ ਤੋਂ। ਇਸੇ ਕਰਕੇ ਹੀ NSA 1 ਸਾਲ ਲਈ ਹੋਰ ਵਧਾ ਦਿੱਤਾ ਗਿਆ ਅਤੇ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੈ। ਮੀਡੀਆ ਰਿਪੋਰਟਾਂ ਦਾਅਵਾ ਕਰਦੀਆਂ ਨੇ ਕਿ ਪੰਜਾਬ ਸਰਕਾਰ ਨੇ ਅਦਾਲਤ ਦੇ ਵਿੱਚ ਇਹ ਜਵਾਬ ਦਾਖਲ ਕੀਤਾ ਹੈ। ਹੁਣ ਇਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਭਖਦੀ ਜਾ ਰਹੀ ਹੈ। ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਆਖਦੇ ਨੇ 1000 ਬੰਦਾ ਸਿਕਿਉਰਿਟੀ ਦਾ ਨਾਂ ਲੈ ਕੇ ਜੇਕਰ ਭਗਵੰਤ ਮਾਨ ਨੂੰ ਅਸਾਮ ਦੀ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਇੱਕ ਸਿੱਖ ਪ੍ਰਚਾਰਕ ਤੋਂ ਹੀ ਜਾਨ ਦਾ ਖਤਰਾ ਹੈ ਤਾਂ ਫਿਰ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਰਹਿਣ ਦਾ ਕੋਈ ਵੀ ਅਧਿਕਾਰ ਨਹੀਂ ਹੈ, ਸੂਬਾ ਚਲਾਉਣ ਦਾ ਕੋਈ ਵੀ ਅਧਿਕਾਰ ਨਹੀਂ ਹੈ। ਜੇਕਰ ਜੇਲ੍ਹ 'ਚ ਬੰਦ ਇੱਕ ਸਿੱਖ ਪ੍ਰਚਾਰਕ ਤੋਂ ਹੀ ਜਾਨ ਦਾ ਖਤਰਾ ਹੈ ਭਗਵੰਤ ਮਾਨ ਨੂੰ, ਉਹ ਵੀ 1000 ਬੰਦਾ ਸਿਕਿਉਰਿਟੀ ਦਾ ਲੈ ਕੇ,
ਤਾਂ ਫਿਰ ਮੁੱਖ ਮੰਤਰੀ ਬਣਨ ਦਾ ਕੀ ਅਧਿਕਾਰ ਰਹਿ ਜਾਂਦਾ ਹੈ। ਖਹਿਰਾ ਦੇ ਵੱਲੋਂ ਇਹ ਤਿੱਖੀ ਟਿੱਪਣੀ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ, ਪਰ NSA ਨੂੰ ਲੈ ਕੇ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਆਪਣਾ ਜਵਾਬ ਦਾਖਲ ਜ਼ਰੂਰ ਕਰ ਦਿੱਤਾ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਟ੍ਰਿਬਿਊਨ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਮੁਤਾਬਕ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦੇ ਵਿੱਚ ਇੱਕ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ, ਜਿਸ ਦੇ ਵਿੱਚ ਸਰਕਾਰ ਦੇ 4 ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ ਅਤੇ ਕੁਝ ਨਵੇਂ ਮੰਤਰੀ ਭਰਤੀ ਕੀਤੇ ਜਾ ਸਕਦੇ ਨੇ। ਰਿਪੋਰਟ ਦੇ ਮੁਤਾਬਕ ਜਿਨ੍ਹਾਂ ਦੀ ਛੁੱਟੀ ਹੋ ਸਕਦੀ ਹੈ ਉਹਨਾਂ ਦੇ ਵਿੱਚ ਚੇਤਨ ਸਿੰਘ ਜੋੜਾ ਮਾਜਰਾ, ਬ੍ਰਹਮਸ਼ੰਕਰ ਜ਼ਿੰਪਾ, ਬਲਕਾਰ ਸਿੰਘ ਅਤੇ ਅਨਮੋਲ ਗਗਨਮਾਨ ਹਨ। ਇਹਨਾਂ ਦੀ ਛਾਂਟੀ ਕੀਤੀ ਜਾ ਸਕਦੀ ਹੈ, ਭਾਵ ਕੱਢੇ ਜਾ ਸਕਦੇ ਨੇ। ਜਿਹੜੇ ਭਰਤੀ ਕੀਤੇ ਜਾ ਸਕਦੇ ਨੇ ਉਹਨਾਂ ਦੇ ਵਿੱਚ ਵਰਿੰਦਰ ਗੋਇਲ, ਡਾਕਟਰ ਰਵਜੋਤ, ਤਰਨਪ੍ਰੀਤ ਸੌਂਧ, ਮਹਿੰਦਰ ਭਗਤ ਜਿਹੜੇ ਕਿ ਹੁਣੇ ਉਪ ਚੋਣ ਜਿੱਤ ਕੇ ਹਟੇ ਨੇ ਜਲੰਧਰ ਪੱਛਮੀ ਦੀ, ਅਤੇ ਹਰਦੀਪ ਸਿੰਘ ਮੁੰਡੀਆਂ। ਇਹਨਾਂ ਤੋਂ ਇਲਾਵਾ ਇੱਕ ਹੋਰ ਕਿਸੇ ਨੌਜਵਾਨ ਚਿਹਰੇ ਨੂੰ ਕੈਬਿਨਟ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਰਿਪੋਰਟ ਸਾਹਮਣੇ ਆਈ ਹੈ। ਹੋ ਸਕਦਾ ਹੈ ਜਿੰਨੀ ਦੇਰ ਤੱਕ ਤੁਸੀਂ ਇਹ ਖਬਰ ਵੇਖੋ ਉਨੀ ਦੇਰ ਤੱਕ ਇਹ ਮੰਤਰੀ ਮੰਡਲ ਦੇ ਵਿੱਚ ਬਦਲਾਅ ਕੀਤਾ ਵੀ ਜਾ ਚੁੱਕਾ ਹੋਵੇ, ਕਿਉਂਕਿ ਕਿਸੇ ਵੀ ਵੇਲੇ ਮਾਨ ਸਰਕਾਰ ਦੇ ਮੰਤਰੀ ਮੰਡਲ ਦੇ ਵਿੱਚ ਇਹ ਬਦਲਾਅ ਕੀਤਾ ਜਾ ਸਕਦਾ ਹੈ। ਚਰਚਾਵਾਂ ਬਹੁਤ ਪਹਿਲਾਂ ਤੋਂ ਸਨ ਪਰ ਭਗਵੰਤ ਮਾਨ ਨੇ ਇਹਨਾਂ ਚਰਚਾਵਾਂ ਦਾ ਖੰਡਨ ਕਰ ਦਿੱਤਾ ਕਿ ਕੋਈ ਅਸੀਂ ਮੰਤਰੀ ਬਦਲਣ ਨਹੀਂ ਜਾ ਰਹੇ, ਕੋਈ ਕੱਢਣ ਨਹੀਂ ਜਾ ਰਹੇ, ਕੋਈ ਨਵਾਂ ਭਰਤੀ ਨਹੀਂ ਕਰਨ ਜਾ ਰਹੇ। ਪਰ ਹੁਣ ਰਿਪੋਰਟਾਂ ਆ ਗਈਆਂ ਨੇ ਅਤੇ ਕਿਸੇ ਵੀ ਵੇਲੇ ਮੰਤਰੀ ਮੰਡਲ ਦੇ ਵਿੱਚੋਂ ਪੁਰਾਣੇ ਕੱਢ ਕੇ ਨਵੇਂ ਮੰਤਰੀ ਭਰਤੀ ਕੀਤੇ ਜਾ ਸਕਦੇ ਨੇ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਨੀ, ਉਹਨਾਂ ਨੇ ਕੇਂਦਰ ਸਰਕਾਰ ਦੇ ਅੱਗੇ ਮੰਗਾਂ ਰੱਖੀਆਂ ਵਾਰ ਵਾਰ ਪਾਰਲੀਮੈਂਟ ਦੇ ਵਿੱਚ ਵੀ, ਅਤੇ ਉਂਝ ਵੀ ਚਿੱਠੀਆਂ ਲਿਖ ਲਿਖ ਕੇ ਕੇਂਦਰ ਦੇ ਅੱਗੇ ਮੰਗਾਂ ਰੱਖੀਆਂ। ਪੰਜਾਬ ਹਨੇਰੇ ਵੱਲ ਨੂੰ ਜਾ ਰਿਹਾ ਹੈ, ਪੰਜਾਬ ਵਿੱਤੀ ਐਮਰਜੈਂਸੀ ਵੱਲ ਨੂੰ ਜਾ ਰਿਹਾ ਹੈ, ਪੰਜਾਬ ਦੇ ਕੋਲ ਪੈਸਾ ਹੈ ਨਹੀਂ, ਬੜੀ ਮੁਸ਼ਕਲ ਹੈ, ਸਾਡੀ ਬਾਂਹ ਫੜੋ, ਸਾਡੀ ਮਦਦ ਕਰੋ। 1,00,000 ਕਰੋੜ ਰੁਪਏ ਤੱਕ ਦਾ ਪੈਕੇਜ ਵਿਕਰਮਜੀਤ ਸਾਹਨੀ ਨੇ ਕੇਂਦਰ ਸਰਕਾਰ ਤੋਂ ਮੰਗਿਆ ਸੀ। ਹੁਣ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ 994 ਕਰੋੜ ਰੁਪਈਆ ਕੇਂਦਰ ਸਰਕਾਰ ਨੇ ਪੰਜਾਬ ਨੂੰ ਅਲੋਟ ਕਰ ਦਿੱਤਾ ਹੈ। 55,000 ਕਰੋੜ ਦੇ ਵਿੱਚੋਂ 994 ਕਰੋੜ ਰੁਪਈਆ ਅਲੋਟ ਕਰ ਦਿੱਤਾ ਹੈ। ਇਹ ਇੱਕ ਕਰਜ਼ਾ ਹੈ ਜੋ ਕਿ ਕੇਂਦਰ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੈ, ਵਿਆਜ ਮੁਕਤ ਇਹ ਕਰਜ਼ਾ ਹੈ, 50 ਸਾਲਾਂ ਲਈ ਦਿੱਤਾ ਗਿਆ ਹੈ। ਅਤੇ ਇਸ ਤੋਂ ਬਾਅਦ ਹੁਣ ਹੋਰ ਵੀ ਕਰੋੜਾਂ ਰੁਪਈਆ, ਹਜ਼ਾਰਾਂ ਕਰੋੜ ਰੁਪਈਆ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ ਦਿੱਤਾ ਜਾ ਸਕਦਾ ਹੈ। ਇਹ ਵੱਖ ਵੱਖ ਸਕੀਮਾਂ ਦੇ ਤਹਿਤ 6 ਸਕੀਮਾਂ ਗਿਣਵਾਈਆਂ ਨੇ MP ਸਾਨੀ ਨੇ। ਉਹਨਾਂ 6 ਸਕੀਮਾਂ ਦੇ ਤਹਿਤ ਪੰਜਾਬ ਨੂੰ ਹੋਰ ਵੀ ਹਜ਼ਾਰਾਂ ਕਰੋੜ ਰੁਪਈਆ ਛੇਤੀ ਹੀ ਆਉਂਦੇ ਸਮੇਂ ਦੇ ਵਿੱਚ ਮਿਲ ਸਕਦਾ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ MP ਵਿਕਰਮਜੀਤ ਸਾਨੀ ਇਸ ਅਲੋਕੇਸ਼ਨ ਤੋਂ ਬਾਅਦ, ਪੈਸਾ ਮਿਲਣ ਤੋਂ ਬਾਅਦ ਖੁਸ਼ ਨਜ਼ਰ ਆ ਰਹੇ ਨੇ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ, ਪੰਜਾਬ ਪੁਲਿਸ ਦੇ ਵੱਲੋਂ ਸਿਆਸੀ ਵਿਸ਼ਲੇਸ਼ਕ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਫੜ ਲਿਆ ਗਿਆ, ਨਿਆਇਕ ਹਿਰਾਸਤ 'ਤੇ ਭੇਜ ਦਿੱਤਾ ਅਦਾਲਤ ਨੇ, ਅਤੇ ਹੁਣ ਜੇਲ੍ਹ 'ਚੋਂ ਉਹਨਾਂ ਨੂੰ ਲੈ ਕੇ ਇੱਕ ਅਹਿਮ ਖਬਰ ਸਾਹਮਣੇ ਆਈ ਹੈ। ਪਟਿਆਲਾ ਤੋਂ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਆਪਣੇ ਅਧਿਕਾਰਤ ਫੇਸਬੁੱਕ ਪੇਜ 'ਤੇ।
ਜਾਣਕਾਰੀ ਦੇ ਮੁਤਾਬਕ ਮਾਲਵਿੰਦਰ ਸਿੰਘ ਮਾਲੀ ਨੇ ਦੱਸਿਆ ਕਿ ਜੇਲ੍ਹ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਣਾ ਸੀ। ਮਾਲੀ ਦੇ ਭਰਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਮਾਲੀ ਦੀਆਂ ਅੱਖਾਂ ਦਾ ਆਪਰੇਸ਼ਨ ਹੋਣਾ ਸੀ। ਕੁਝ ਟੈਸਟ ਕਰਵਾਏ ਸਨ, ਰਿਪੋਰਟਾਂ ਆਈਆਂ, ਪਰ ਰਿਪੋਰਟਾਂ ਅੰਦਰ ਮਾਲੀ ਤੱਕ ਪਹੁੰਚਾਈਆਂ ਹੀ ਨਹੀਂ ਗਈਆਂ। ਇਸ ਤੋਂ ਇਲਾਵਾ ਮਾਲੀ ਨੇ ਇਹ ਵੀ ਸ਼ੱਕ ਪ੍ਰਗਟ ਕੀਤਾ ਹੈ ਕਿ ਕਿਸੇ ਦੂਰ ਦੁਰਾਡੇ ਜੇਲ੍ਹ ਦੇ ਵਿੱਚ ਮਾਲੀ ਨੂੰ ਭੇਜਿਆ ਜਾ ਸਕਦਾ ਹੈ ਤਾਂ ਜੋ ਉਹਨਾਂ ਨੂੰ ਹੋਰ ਤੰਗ ਪਰੇਸ਼ਾਨ ਕੀਤਾ ਜਾ ਸਕੇ। ਉਹਨਾਂ ਦਾ ਭਰਾ ਜੇਲ੍ਹ 'ਚ ਮਿਲਣ ਲਈ ਪਹੁੰਚਿਆ ਅਤੇ 3 ਘੰਟਿਆਂ ਤੱਕ ਉਹਨਾਂ ਨੂੰ ਮਾਲੀ ਨਾਲ ਮਿਲਣ ਨਹੀਂ ਦਿੱਤਾ ਗਿਆ। ਇਹ ਵੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੇ ਸਾਂਝੀ ਕੀਤੀ ਹੈ। ਹੁਣ ਮਾਲੀ ਨੇ ਆਖਿਆ ਹੈ ਸ਼ੁਭ ਚਿੰਤਕ ਕੋਈ ਸਾਥੀ ਮਿਲਣ ਨਾ ਆਵੇ ਕਿਉਂਕਿ ਇਹਨਾਂ ਨੇ ਤੁਹਾਨੂੰ ਵੀ ਤੰਗ ਪਰੇਸ਼ਾਨ ਖੱਜਲ ਖੁਆਰ ਕਰਨਾ, ਮਿਲਣ ਨਾ ਹੀ ਆਓ ਤਾਂ ਚੰਗੀ ਗੱਲ ਹੈ। ਇਹ ਜੇਲ੍ਹ ਦੇ ਵਿੱਚੋਂ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਮਾਲਵਿੰਦਰ ਸਿੰਘ ਮਾਲੀ ਨੂੰ ਲੈ ਕੇ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਬਠਿੰਡਾ ਦੇ ਵਿੱਚ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। SHO ਕੋਤਵਾਲੀ ਦਲਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਬਠਿੰਡਾ ਦੇ ਡਾਕ ਘਰ ਦੇ ਵਿੱਚ ਡਾਕ ਮਾਸਟਰ ਦੇ ਤੌਰ 'ਤੇ ਹਰਿਆਣਾ ਦੇ 2 ਨੌਜਵਾਨਾਂ ਦੇ ਵੱਲੋਂ ਜਾਲੀ ਸਰਟੀਫਿਕੇਟਾਂ ਦੇ ਆਧਾਰ 'ਤੇ ਸਰਕਾਰੀ ਨੌਕਰੀ ਹਾਸਲ ਕਰ ਲਈ ਗਈ। ਸਿਰਫ ਹਾਸਲ ਨਹੀਂ ਕੀਤੀ, ਉਹਨਾਂ ਨੇ ਨੌਕਰੀ ਜੁਆਇਨ ਵੀ ਕਰ ਲਈ, ਪਰ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਸਰਟੀਫਿਕੇਟਾਂ ਦੀ ਜਾਂਚ ਕੀਤੀ ਗਈ ਤਾਂ ਉਹ ਫਰਜ਼ੀ ਪਾਏ ਗਏ। ਇਹ 2 ਨੌਜਵਾਨ ਹਰਿਆਣਾ ਦੇ ਹਨ, ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਜੰਟਾ ਰਾਮ ਦੱਸਿਆ ਹੈ SHO ਨੇ ਅਤੇ ਦੂਜੇ ਦਾ ਨਾਮ ਜਿਹੜਾ ਕਿ ਫਤਿਹਾਬਾਦ ਹਰਿਆਣੇ ਦਾ ਹੈ ਅਤੇ ਦੂਜੇ ਦਾ ਨਾਮ ਜਗਨਦੀਪ ਦੱਸਿਆ ਹੈ ਜਿਹੜਾ ਕਿ ਹਰਿਆਣੇ ਦਾ ਹੀ ਹੈ, ਜ਼ਿਲ੍ਹਾ ਸਿਰਸਾ ਦਾ ਉਹ ਰਹਿਣ ਵਾਲਾ ਹੈ। ਔਨਲਾਈਨ ਅਪਲਾਈ ਕਰਨ ਲਈ ਇਹ ਪੋਸਟਾਂ ਨਿਕਲੀਆਂ ਸਨ ਬਠਿੰਡਾ ਦੇ ਵਿੱਚ ਡਾਕ ਮਾਸਟਰ ਦੇ ਲਈ। ਇਹਨਾਂ ਦੇ ਵੱਲੋਂ ਔਨਲਾਈਨ ਅਪਲਾਈ ਕੀਤਾ ਗਿਆ ਪਰ 10ਵੀਂ ਦੇ ਸਰਟੀਫਿਕੇਟ ਜਾਲੀ ਲਏ ਗਏ। ਇਹਨਾਂ ਨੂੰ ਨੌਕਰੀ ਮਿਲ ਗਈ, ਜੁਆਇਨਿੰਗ ਲੈਟਰ ਮਿਲ ਗਿਆ, ਨੌਕਰੀ ਜੁਆਇਨ ਕਰ ਲਈ, ਪਰ ਜਦੋਂ ਵਿਭਾਗ ਦੇ ਵੱਲੋਂ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਗਈ ਸਰਟੀਫਿਕੇਟਾਂ ਦੀ, ਕਿਉਂਕਿ ਔਨਲਾਈਨ ਤਾਂ ਸਿਰਫ ਫੋਟੋ ਵੇਖ ਸਕਦੇ ਨੇ, ਫਿਜ਼ੀਕਲ ਵੈਰੀਫਿਕੇਸ਼ਨ ਮਤਲਬ ਹੱਥ ਦੇ ਵਿੱਚ ਫੜ ਕੇ ਆਪ ਜਦੋਂ ਸਰਟੀਫਿਕੇਟ ਵੇਖੇ ਤਾਂ ਪਾਇਆ ਗਿਆ ਉਹ ਜਾਲੀ ਹਨ। ਉਸ ਤੋਂ ਬਾਅਦ ਜੋ ਡਾਕਖਾਨੇ ਦਾ ਸੁਪਰਡੈਂਟ ਹੈ ਉਸਨੇ ਪੁਲਿਸ ਦੇ ਕੋਲ ਸ਼ਿਕਾਇਤ ਦਿੱਤੀ, ਜੋ ਪੁਲਿਸ ਨੇ ਹੁਣ ਤੱਕ ਜਾਂਚ ਕੀਤੀ ਹੈ ਉਸ ਦੇ ਵਿੱਚ ਇਹ ਸਰਟੀਫਿਕੇਟ ਸੱਚਮੁੱਚ ਜਾਲੀ ਪਾਏ ਗਏ ਨੇ। 420 ਅਤੇ ਹੋਰ ਧਾਰਾਵਾਂ ਦੇ ਤਹਿਤ ਪਰਚੇ ਦਰਜ ਕਰ ਲਏ ਗਏ ਨੇ। ਸਾਰੀ ਜਾਣਕਾਰੀ SHO ਨੇ ਦਿੱਤੀ ਹੈ, ਛੇਤੀ ਹੀ ਫੜ ਲਿਆ ਜਾਵੇਗਾ। ਟੀਮਾਂ ਬਣਾ ਦਿੱਤੀਆਂ ਨੇ ਇਹਨਾਂ ਦੀ ਗ੍ਰਿਫਤਾਰੀ ਦੇ ਲਈ। SHO ਦਲਜੀਤ ਸਿੰਘ ਦੇ ਵੱਲੋਂ ਇਹ ਸਾਰੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ। ਅੱਗੇ ਵੱਧਦੇ ਹਾਂ। ਪੰਜਾਬ ਦੇ ਵਿੱਚ ਹੁਣ ਅਜਿਹੇ ਕਈ ਕੇਸ ਸਾਹਮਣੇ ਆਉਣ ਲੱਗ ਪਏ ਨੇ ਜਿਨ੍ਹਾਂ ਦੇ ਵਿੱਚ ਕੋਈ ਬਜ਼ੁਰਗ ਬੀਬੀ ਸੜਕ 'ਤੇ ਤੁਰੀ ਜਾਂਦੀ ਹੁੰਦੀ ਹੈ ਤਾਂ ਕੋਈ ਬਾਬਾ ਬਣ ਕੇ ਆਉਂਦਾ ਹੈ, ਗੱਲਾਂ ਦੇ ਵਿੱਚ ਲਾ ਕੇ, ਭਰਮਾ ਕੇ ਅਤੇ ਗਹਿਣੇ ਲੁਹਾ ਕੇ ਲੈ ਜਾਂਦਾ ਹੈ। ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆ ਗਿਆ ਸ਼੍ਰੀ ਮੁਕਤਸਰ ਸਾਹਿਬ ਦੇ ਬੈਂਕ ਰੋਡ ਤੋਂ। ਕ੍ਰਿਸ਼ਨਾ ਕੁਮਾਰੀ ਨਾਂ ਦੀ ਬਜ਼ੁਰਗ ਔਰਤ ਜਿਸਨੇ ਹੁਣ ਜਾਣਕਾਰੀ ਦਿੱਤੀ ਹੈ ਕਿ ਮੈਂ ਮੰਦਿਰ ਵੱਲ ਨੂੰ ਜਾ ਰਹੀ ਸੀ, ਰਸਤੇ ਦੇ ਵਿੱਚ 3 ਜਣੇ ਆਏ, 2 ਵਿਅਕਤੀ ਬੰਦੇ ਅਤੇ ਇੱਕ ਬੀਬੀ। ਬੰਦੇ ਨੇ ਆਖਿਆ ਤੈਨੂੰ ਮਾਤਾ ਦੁੱਖ ਬੜਾ ਰਹਿੰਦਾ ਹੈ, ਤੇਰੇ ਘਰ ਦੇ ਵਿੱਚ ਦੁੱਖ ਬਹੁਤ ਹੈ, ਆ ਤੇਰੇ ਦੁੱਖ ਕੱਟਦਾ ਮੈਂ, ਮੈਨੂੰ ਆਪਣੀਆਂ ਇਹ ਚੂੜੀਆਂ ਲਾ ਕੇ ਦੇ, ਇਸ ਦੀ ਮੈਂ ਤੈਨੂੰ ਗਠੜੀ ਬਣਾ ਕੇ ਦਿੰਦਾ ਅਤੇ ਘਰੇ ਜਾ ਕੇ ਵੀ ਕਿਸੇ ਨੂੰ ਦੱਸੀ ਨਾ, ਆਪੇ ਘਰੇ ਜਾ ਕੇ ਇਸ ਨੂੰ ਖੋਲ੍ਹੀ। ਮੈਂ ਘਰੇ ਆ ਕੇ ਉਹ ਗਠੜੀ ਖੋਲ੍ਹੀ, ਵਿੱਚੋਂ ਕੁਝ ਵੀ ਨਹੀਂ ਨਿਕਲਿਆ, ਕਾਗਜ਼ ਨਿਕਲੇ ਸਿਰਫ ਸੋਨੇ ਦੀਆਂ ਚੂੜੀਆਂ ਮੇਰੀਆਂ, ਉਹ ਲੈ ਕੇ ਫਰਾਰ ਹੋ ਗਏ ਨੇ। CCTV ਦੀ ਵੀਡੀਓ ਵੀ ਸਾਹਮਣੇ ਆ ਗਈ ਹੈ। ਮੈਨੂੰ ਮੇਰੀਆਂ ਚੂੜੀਆਂ ਵਾਪਸ ਮਿਲਣੀਆਂ ਚਾਹੀਦੀਆਂ ਨੇ।
ਪੀੜਤ ਬਜ਼ੁਰਗ ਬੀਬੀ ਦੇ ਵੱਲੋਂ ਇਹ ਮੰਗ ਪ੍ਰਸ਼ਾਸਨ ਦੇ ਅੱਗੇ ਰੱਖੀ ਗਈ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਹੁਣ ਪੰਜਾਬ ਦੇ ਵਿੱਚ ਡੇਂਗੂ ਦੇ ਕੇਸ ਲਗਾਤਾਰ ਵੱਧਦੇ ਨਜ਼ਰ ਆ ਰਹੇ ਨੇ। ਜਾਣਕਾਰੀ ਦੇ ਮੁਤਾਬਕ ਇਕੱਲੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ 350 ਡੇਂਗੂ ਦਾ ਕੇਸ ਸਾਹਮਣੇ ਆ ਚੁੱਕਾ ਹੈ ਅਤੇ ਇੱਕ ਬੀਬੀ ਦੀ 36 ਸਾਲਾ ਮਹਿਲਾ ਦੀ ਮੌਤ ਦੀ ਖਬਰ ਵੀ ਆ ਗਈ ਹੈ। ਇਹਨਾਂ 350 ਦੇ ਵਿੱਚੋਂ 242 ਲੁਧਿਆਣਾ ਦੇ ਹੀ ਵਸਨੀਕ ਨੇ ਅਤੇ 60 ਦੇ ਕਰੀਬ ਹੋਰ ਜ਼ਿਲ੍ਹਿਆਂ ਦੇ ਹਨ ਜਿਨ੍ਹਾਂ ਨੂੰ ਡੇਂਗੂ ਪਾਇਆ ਗਿਆ ਹੈ। ਡੇਂਗੂ ਦੇ ਰੋਕਥਾਮ ਦੇ ਲਈ ਲਗਾਤਾਰ ਵੱਖ ਵੱਖ ਇਲਾਕਿਆਂ ਦੇ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਫਿਰ ਰਹੀਆਂ ਨੇ। ਸ਼ਹਿਰ ਦੇ ਵੱਖ ਵੱਖ ਇਲਾਕਿਆਂ 'ਚ ਡੇਂਗੂ ਦਾ ਲਾਰਵਾ ਕਾਫੀ ਮਾਤਰਾ 'ਚ ਪਾਇਆ ਜਾ ਰਿਹਾ ਹੈ। ਸਿਹਤ ਵਿਭਾਗ ਕੋਲ ਮੈਨ ਪਾਵਰ ਦੀ ਘਾਟ ਦੇ ਕਾਰਨ ਡੇਂਗੂ 'ਤੇ ਕਾਬੂ ਪਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਅਜਿਹੀਆਂ ਜਾਣਕਾਰੀਆਂ ਵੀ ਸਾਹਮਣੇ ਆਈਆਂ ਨੇ। ਸਿਰਫ ਲੁਧਿਆਣਾ ਹੀ ਨਹੀਂ, ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਹੁਣ ਡੇਂਗੂ ਦੇ ਕੇਸ ਵੱਧ ਰਹੇ ਨੇ, ਪਰ ਲੁਧਿਆਣਾ ਦੇ ਵਿੱਚ ਇਹ ਕੇਸ ਜ਼ਿਆਦਾ ਨੇ। 350 ਤੱਕ ਇਹ ਗਿਣਤੀ ਪਹੁੰਚ ਗਈ ਹੈ। ਇਹ ਸਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ। ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ, ਸਾਡੇ ਸ਼ੋਅ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ ਵੀ ਰਾਏ ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਫੇਸਬੁੱਕ 'ਤੇ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਹਰ ਖਬਰ ਦਾ ਸੱਚ।